ਪ੍ਰਸ਼ਾਸਨ ਦਵਾ ਰਿਹਾ। ਅਸੀਂ ਕਹਿੰਦੇ ਹਾਂ ਵੀ ਅਸਲੀਅਤ ਨਿਕਲੇ, ਅਸਲੀਅਤ ਨਿਕਲੇ। ਹਸਪਤਾਲਾਂ 'ਚ ਪੈਸੇ ਚੱਲਦੇ ਆ, ਥਾਣੇ 'ਚ ਪੈਸੇ ਲੈਂਦੇ ਆ। ਉੱਥੇ ਪਿੰਡ ਗੁੱਜਰ ਵਾਲ ਕਿਸੇ ਜ਼ਿਮੀਂਦਾਰਾਂ ਦੀ ਮਸ਼ੀਨ ਚਲਾ ਰਿਹਾ ਸੀਗਾ, ਉੱਥੇ ਡਰਾਈਵਰੀ ਕਰਦਾ ਸੀ। ਜੱਟ ਕਹਿੰਦੇ ਅਸੀਂ ਐਕਸੀਡੈਂਟ ਕੇਸ ਹੋਇਆ, ਕੁੱਟ ਕੁੱਟ ਕੇ ਲਾਸ਼ਾਂ ਪਈਆਂ ਪਈਆਂ, ਕਾਹਦੀਆਂ ਪਈਆਂ ਉਹ। ਛੋਟੇ ਛੋਟੇ ਬੱਚੇ ਰੋਂਦੇ ਫਿਰਦੇ, ਲੋਕਾਂ ਨੂੰ ਕਹੀ ਜਾਂਦੇ ਇਹਨਾਂ ਨੂੰ ਲੰਘਣ ਦਿਓ। ਉਹਦੇ ਬੱਚੇ ਨੀ ਕਹਿੰਦੇ ਤਾਂ ਰੋਂਦੇ ਹੁੰਦੇ ਆ ਸੀਗਾ, ਨਾ ਉਹਦੇ ਭਰਾ ਨੇ ਹੁਣ ਗਲਮਾਂ ਫੜ ਕੇ ਬਾਹਰ ਕੱਢਿਆ, ਨਾ ਕੁੱਟਿਆ। ਜੇ ਹੁਣ ਅਸੀਂ ਸਰਕਾਰ ਦੀ ਸਪੋਰਟ ਲੈ ਰਹੇ ਹਾਂ, ਪੁਲਿਸ ਦੀ ਸਪੋਰਟ ਲੈ ਰਿਹਾ, ਪਰ ਹੁਣ ਕਾਰਵਾਈ ਨਹੀਂ ਹੁੰਦੀ। ਗਰੀਬ ਬੰਦੇ ਨੇ ਚੰਗ ਤੇ ਫਿਰ ਉਹ ਸਾਡੇ ਤੇ ਕਾਰਵਾਈਆਂ ਵੀ ਹੋਣਗੀਆਂ, ਸਾਡੀਆਂ ਬੁੜੀਆਂ ਬੰਦੇ ਵੀ ਇਸ ਟਾਈਮ ਦੀ ਵੱਡੀ ਖਬਰ ਹਲਕਾ ਸਿੱਧਵਾਂ ਬੇਟ ਦੇ ਪਿੰਡ ਗੁੱਜਰਵਾਲ ਵਿੱਚੋਂ ਆ ਰਹੀ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਇੱਕ ਰਸੂਖਦਾਰ ਪਰਿਵਾਰ ਵੱਲੋਂ ਇੱਕ ਨੌਜਵਾਨ ਦੇ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ। ਤੁਹਾਨੂੰ ਦੱਸ ਦਈਏ ਕਿ 21ਵੀਂ ਸਦੀ ਚੱਲ ਰਹੀ ਹੈ, ਪਰ ਸਮਾਜ ਦੇ ਵਿੱਚ ਅੱਜ ਵੀ ਰਸੂਖਦਾਰ ਪਰਿਵਾਰਾਂ ਵੱਲੋਂ ਦਲਿਤ ਅਤੇ ਗਰੀਬ ਪਰਿਵਾਰਾਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਿਵਾਰ ਦਾ ਕਹਿਣਾ ਹੈ, ਮ੍ਰਿਤਕ ਦੇ ਨੌਜਵਾਨ ਪਰਿਵਾਰ ਦਾ ਕਹਿਣਾ ਹੈ ਕਿ ਇਹ ਜਿਹੜਾ ਨੌਜਵਾਨ ਆ, ਜਿਸ ਦਾ ਨਾਮ ਸਿੰਦਾ ਸਿੰਘ ਹੈ, ਅਤੇ ਇਹ 1 ਸਾਲ ਤੋਂ ਰਸੂਖਦਾਰ ਪਰਿਵਾਰ ਦੇ ਘਰ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ, ਪਰ ਬੀਤੇ ਦਿਨੀ ਕਿਸੇ ਰੰਜਿਸ਼ ਕਾਰਨ ਰਸੂਖਦਾਰ ਪਰਿਵਾਰ ਵੱਲੋਂ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਅਤੇ ਇੱਥੇ ਹੀ ਬਸ ਨਹੀਂ ਕਿ ਇਲਜ਼ਾਮ ਜਿਹੜੇ ਲੱਗੇ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਪੁਲਿਸ ਪ੍ਰਸ਼ਾਸਨ ਥਾਣਾ ਯੋਧਾਂ ਦੇ SHO 'ਤੇ ਵੱਡੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰ ਦਿੱਤੀ। ਪਰ ਤੁਹਾਨੂੰ ਦੱਸ ਦਿੰਦੇ ਕਿ ਅੱਜ ਥਾਣਾ ਸਿੱਧਵਾਂ ਬੇਟ ਦੇ ਮੇਨ ਚੌਂਕ ਜਲੰਧਰ ਦੇ ਵਿੱਚ ਲੜਕੇ ਦੀ ਡੈੱਡ ਬੋਡੀ ਰੱਖ ਕੇ ਧਰਨਾ ਲਾਇਆ ਗਿਆ। ਸਾਡੇ ਪੱਤਰਕਾਰ ਸੋਨੀ ਸ਼ੇਰਪੁਰੇ ਦੀ ਵਿਸ਼ੇਸ਼ ਰਿਪੋਰਟ, ਅਤੇ ਜਿੱਥੇ ਮ੍ਰਿਤਕ ਪਰਿਵਾਰ ਦੇ ਇਲਜ਼ਾਮਾਂ ਦਾ ਕੀ ਕਹਿਣਾ ਹੈ, ਤੁਸੀਂ ਸਾਰੇ ਸੁਣ ਲਓ। ਇਹ ਅਸਲੀਅਤ ਨੂੰ ਪ੍ਰਸ਼ਾਸਨ ਦਵਾ ਰਿਹਾ, ਅਸੀਂ ਕਹਿੰਦੇ ਹਾਂ ਵੀ ਅਸਲੀਅਤ ਨਿਕਲੇ ਤਾਂ ਕਿ ਜੋ ਸੱਚ ਤੈਨੂੰ ਸਾਹਮਣੇ ਆ ਸਕੇ। ਹੁਣ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਆ, ਤੁਸੀਂ ਮੰਗ ਕੀ ਕਰਦੇ ਹੋ? ਅਸੀਂ ਮੰਗ ਇਹ ਕਰਦੇ ਹਾਂ ਜੋ ਉਹਦੇ ਸੱਟਾਂ ਲੱਗੀਆਂ, ਜੋ ਡਾਕਟਰ ਜਿਹੜਾ ਉਹਦਾ ਪੋਸਟਮਾਰਟਮ ਆ, ਉਹ ਡਾਕਟਰਾਂ ਦੀ ਇੱਕ ਟੀਮ ਕਰੇ, ਜਿਹਦੇ ਨਾਲ ਸਾਰਾ ਸੱਚ ਆਵੇ ਵੀ ਇਹ ਕੀ ਵਾਕਿਆ ਐਕਸੀਡੈਂਟ ਨਾਲ ਮਰਿਆ, ਇਹਨੂੰ ਕੁੱਟ ਕੇ ਮਾਰਿਆ। ਇਹ ਮੁੰਡਾ ਸਾਂਝੀ ਰਲਿਆ ਹੋਇਆ ਸੀ? ਕਿੰਨੇ ਟਾਈਮ ਤੋਂ ਸਾਂਝੀ ਰਲਿਆ ਹੋਇਆ ਸੀ? ਘੱਟੋ ਘੱਟ 1 ਸਾਲ ਹੋ ਗਿਆ ਸੀ। ਪਹਿਲਾਂ ਵੀ ਕੋਈ ਰੰਜਿਸ਼ਬਾਜੀ ਉਹਦੇ ਪਰਿਵਾਰ ਨਾਲ? ਰੰਜਿਸ਼ਬਾਜੀ ਥੋੜੇ ਦਿਨਾਂ ਦੀ ਗੱਲ ਆ ਜੀ। ਇਹਨਾਂ ਦੇ ਕੋਈ ਆ ਕੇ ਬੰਦੇ ਇਨਕੁਆਇਰੀ ਕਰਦੇ ਸੀ ਪਿੰਡ 'ਚ ਜੀ, ਵੀ ਸਿੰਦਾ 50,000 ਰੁਪਇਆ ਕੱਢ ਲਿਆ ਜੀ। ਆ ਕੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ, ਪੁੱਛਿਆ ਵੀ 50,000 ਰੁਪਇਆ ਲੈ ਆਇਆ? ਇਹਨਾਂ ਨੇ ਕਿਹਾ ਵੀ ਇਹ ਜੀ ਕੋਈ ਗੱਲ ਨਹੀਂ ਜੀ। ਉਸ ਤੋਂ ਬਾਅਦ ਇਹ ਘਟਨਾ ਹੋਈ ਆ।
ਇਹਦੀ ਇਨਕੁਆਇਰੀ ਕਰੀ ਜਾਵੇ ਤਾਂ ਕਿ ਜਿਹੜੀ ਅਸਲੀਅਤ ਲੋਕਾਂ ਦੇ ਸਾਹਮਣੇ ਆਵੇ ਜੀ। ਸਾਡਾ ਕੋਈ ਸੌਂਗ ਨਹੀਂ ਕਿਸੇ ਲੋਕਾਂ ਨੂੰ ਖਰਾਬ ਕਰਨ ਦਾ। ਕਿਸ ਦਿਨ ਹੋਈ ਹੈ ਘਟਨਾ ਜੀ? ਇਹ ਪਰਸੋਂ ਦੀ ਘਟਨਾ ਜੀ। ਜੀ ਪਰਸੋਂ ਦੀ ਘਟਨਾ, ਪਰਸੋਂ ਰਾਤ ਇਹਨਾਂ ਨੇ ਕਈ ਹਸਪਤਾਲਾਂ 'ਚ ਉਹਨਾਂ ਨੇ ਦੱਸਣ ਪ੍ਰਸ਼ਾਸਨ ਵੱਲੋਂ ਕਿਹੜੀ ਕਾਰਵਾਈ ਕੀਤੀ ਗਈ ਸਰ? 174 ਦੀ ਕਾਰਵਾਈ, ਆਮ ਐਕਸੀਡੈਂਟ ਦੀ ਕਾਰਵਾਈ ਬਣਾ ਕੇ ਪਰਿਵਾਰ ਨੂੰ ਸੱਦ ਕੇ 174 ਦੀ ਕਾਰਵਾਈ ਕੀਤੀ ਗਈ ਜਾਂ ਪਰਿਵਾਰ ਤੋਂ ਬਿਨਾਂ? ਜਿਹੜੀ ਉਹਦੇ ਘਰ ਆਈ ਆ ਜੀ, ਬਾਹਰ ਆ ਪ੍ਰਸ਼ਾਸਨ ਕਾਤਲਾਂ ਨੂੰ ਗ੍ਰਿਫਤਾਰ ਕਰੋ, ਕਾਤਲਾਂ ਨੂੰ ਗ੍ਰਿਫਤਾਰ ਕਰੋ, ਹਸਪਤਾਲਾਂ ਚ ਪੈਸੇ ਚੱਲਦੇ ਆ, ਥਾਣੇ ਚ ਪੈਸੇ ਲੈਂਦੇ ਆ, ਕਿਹੜਾ ਅਫਸਰ ਸੁਣਦਾ ਹੈਗਾ ਤੁਹਾਨੂੰ ਦੱਸੋ? 3 ਦਿਨ ਹੋ ਗਏ ਲਾਸ਼ ਬੁੜੀ ਜਾਂਦੀ ਨੂੰ, ਜੱਟ ਕਹਿੰਦੇ ਅਸੀਂ ਐਕਸੀਡੈਂਟ ਕੇਸ ਹੋਇਆ, ਕੁੱਟ ਕੁੱਟ ਕੇ ਲਾਸ਼ਾਂ ਪਈਆਂ ਕਾਹਦੀਆਂ ਪਈਆਂ ਉਹ? ਸਾਡੇ ਕੋਲ ਵੀਡੀਓ ਪਈਆਂ ਹੈਗਾ, ਰਿਸ਼ਵਤ ਲੈਂਦਾ ਸੀਗਾ ਹਸਪਤਾਲਾਂ 'ਚ, ਰਿਸ਼ਵਤਾਂ ਚੱਲੀਆਂ ਸੀਗਾ, ਤੁਸੀਂ ਮਾਰਤਾ ਸੀ ਉਹਨਾਂ ਨੂੰ, ਨਹੀਂ ਸਜ਼ਾ ਕਰਨੀ ਸਾਨੂੰ, ਸਜ਼ਾ ਕਰਦੇ ਨੇ ਸਾਡੀਆਂ ਤੋਂ ਕਟਾਉਂਦੀ ਸੀ, ਭਤੀਜੇ ਭਤੀਜੀਆਂ ਤੋਂ ਕਟਾਉਂਦੀ, ਭਾਂਜਿਆਂ ਤੋਂ ਕਟਾਉਂਦੀ, ਉਹਨੇ ਕਤਲ ਕਰਾਇਆ ਗਾ। ਸਾਡੀ ਨੀ ਚਾਚੀ ਹੈਗੀ, ਹੁਣ ਸਾਡੀ ਕੁਛ ਨੀ ਲੱਗਦੀ ਗੀ, ਸਾਡਾ ਚਾਚਾ ਨੀ ਰਿਹਾ ਗਾ, ਸਾਡੀ ਉਹ ਕੀ ਲੱਗਦੀ ਆ? ਉਹਦੀ ਤੀਵੀ ਨੇ ਨਾਲ ਰਲ ਕੇ ਮਰਵਾਇਆ, ਜੱਟਾਂ ਦੇ ਨਾਲ ਰਲ ਕੇ ਮਰਵਾਇਆ, ਚੰਗਾ ਭਲਾ ਮੇਰੇ ਘਰੋਂ ਆਇਆ। ਜੇ ਅਸੀਂ ਕੁਛ ਕਰਤਾ ਫਿਰ ਇਹਨਾਂ ਨੂੰ ਥਾਣੇ ਵੀ ਚੇਤੇ ਆਣਗੇ, ਪਰਚੇ ਵੀ ਚੇਤੇ ਆ ਜਾਣਗੇ। ਜੇ ਹੁਣ ਅਸੀਂ ਸਰਕਾਰ ਦੀ ਸਪੋਰਟ ਲੈ ਰਹੇ ਹਾਂ, ਪੁਲਿਸ ਦੀ ਸਪੋਰਟ ਲੈ ਰਹੇ ਹਾਂ, ਪਰ ਹੁਣ ਕਾਰਵਾਈ ਨਹੀਂ ਹੁੰਦੀ? ਜੇ ਗਰੀਬ ਬੰਦੇ ਨੇ ਚੱਕਦੇ ਫਿਰ ਉਹ, ਫਿਰ ਸਾਡੇ ਤੇ ਕਾਰਵਾਈਆਂ ਵੀ ਹੋਣਗੀਆਂ, ਸਾਡੀਆਂ ਬੁੜੀਆਂ ਬੰਦੇ ਵੀ ਚੋਣੇ ਆ, ਬੁੜੀਆਂ ਬੰਦੇ ਹੋਣਗੇ, ਪੈਸਿਆਂ ਦੇ ਜੂਨੇ ਲਾਉਂਦੇ, ਪੈਸੇ ਲੈਣਾਗੇ, ਸਾਨੂੰ ਕੁਛ ਨੀ ਚਾਹੀਦਾ, ਸਾਨੂੰ ਇਨਸਾਫ ਚਾਹੀਦਾ। ਅਫਸਰਾਂ ਵੀ ਮੈਂ ਗੱਲ ਕਰਨੀ ਹੈ, ਕਹਿ ਸਕਦੇ
ਦੇਖੋ ਮੈਂ ਸਾਰੀ ਗੱਲ ਦੱਸਦੀ ਹੈ ਵੀ ਮੁਲਾਜ਼ਮ ਨੇ ਖੁਦ ਉਹਨੂੰ ਪੈਸੇ ਦਿੰਦੇ ਨੂੰ ਫੜਿਆ ਦੇਖੋ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਸਾਰੀ ਗੱਲ ਮੈਂ ਸੁਝਾਤੀ ਸਾਰੀ ਗੱਲ ਅਫਸਰਾਂ ਦੱਸਦੀ ਅਵਤਾਰ ਸਾਡਾ ਮੁਲਾਜ਼ਮ ਹੈ, ਸਾਡਾ ਪਰਿਵਾਰ ਦਾ ਮੁਖੀ ਹੈ, ਪਰਿਵਾਰ ਦਾ ਮੈਂਬਰ ਹੈ, ਉਹਦਾ ਰਿਸ਼ਤੇਦਾਰ ਹੈ, ਸਾਡਾ ਰਿਸ਼ਤੇਦਾਰ ਹੈ, ਨੰਬਰ ਇੱਕ ਗੱਲ। ਨੰਬਰ ਦੋ ਗੱਲ, ਜਦੋਂ ਇਹ ਭਾਈ ਸਾਹਿਬ ਹੁਣੀ ਮੇਰੇ ਕੋਲ ਆਏ ਨੇ, ਮੈਨੂੰ ਉਸੇ ਵੇਲੇ ਸਾਰੀ ਗੱਲ ਸਮਝਾਤੀ, ਇਹਨਾਂ ਸਾਹਮਣੇ ਪੈਸੇ